ਮੋਦੀ ਸਾਹਿਬ ਇਹ ਗੱਲ ਕਹਿੰਦੇ ਸੀ ਭਾਈ ਆਪਾਂ ਦੇਸ਼ ਨੂੰ ਬਹੁਤ ਅੱਗੇ ਲੈ ਕੇ ਜਾਵਾਂਗੇ ਔਰ ਇਹ ਦੇਸ਼ ਪਿੱਛੇ ਜਾ ਰਿਹਾ ਜੇ ਲੋਕ ਲੜਦੇ ਹੈ डेरा बस्सी दप्पर टोल प्लाजा पर भारत बंद को देखते हुए किसानों द्वारा किसान आंदोलन में धरना लगाया हुआ है। जिला प्रधान राजेश सिंह टोला ने बताया कि शंभू बॉर्डर पर किसानों को दिल्ली कूच करने से हरियाणा सरकार ने सीमेंट की दीवारें बनाकर रोका हुआ है। किसान जथे बंदियों के ऊपर आंसू गैस के गोले चलाए जा रहे हैं और किसानों के ऊपर मारपीट भी की जा रही है। वह भी हमारे किसान भाई है और हम उनके साथ हैं। आज दप्पर टोल प्लाजा 12 बजे से 4 बजे तक बंद किया हुआ था, जो जरूरी सेवाएं जैसे स्कूल की बस व इमरजेंसी एम्बुलेंस को नहीं रोका गया। डेरा बस्सी से जिला इंचार्ज हरदीप सिंह की विशेष रिपोर्ट। किसान मजदूर एकता जिंदाबाद, मोदी सरकार मुर्दाबाद। ਇਹਨਾਂ ਦੇ ਜਿਹੜਾ ਸਾਡੇ ਨਾਲ ਬਹੁਤ ਸਿੱਧ ਕੀਤਾ ਸੈਂਟਰ ਸਰਕਾਰ ਨੇ ਤੇ ਹਾਂ ਖੱਟਰ ਸਰਕਾਰ ਨੇ, ਇਹ ਕੋਈ ਬੰਦਾ ਥੋੜੀ ਹੈ। ਦੋ ਜਥੇਬੰਦੀਆਂ ਗਏ ਚਾਹੇ ਚਾਰ ਆ ਗਏ, ਹੈ ਤਾਂ ਸਾਡੇ ਭਰਾ ਨਾ, ਉਹ ਬੜੇ ਸ਼ਾਂਤਮਈ ਤਰੀਕੇ ਨਾਲ ਆ ਰਹੇ ਸੀ ਤੇ ਟਰੈਕਟਰਾਂ ਤੇ ਆ ਰਹੇ ਸੀ ਤੇ ਟਰੈਕਟਰਾਂ ਦੇ ਵਿੱਚ ਕੋਈ ਉਹਨਾਂ ਨੇ ਬੰਬ ਤਾਂ ਰੱਖੇ ਵੀ ਨਹੀਂ ਸੀ ਤੇ ਉਹਦੇ ਵਿੱਚ ਉਹਨਾਂ ਦੇ ਬੈੱਡ ਸੀ, ਬਿਸਤਰੇ ਸੀ, ਰੋਟੀ ਦੇ ਪਾਣੀ ਦਾ ਇੰਤਜ਼ਾਮ ਸੀ, ਚੁੱਲ੍ਹੇ ਦਾ ਸਮਾਨ ਸੀ, ਬਰਤਨ ਸੀ, ਤੇ ਉਹ ਉਹ ਕਿਵੇਂ ਜਾ ਸਕਦੇ ਕਾਰਾਂ ਦੇ ਵਿੱਚ, ਜਿਵੇਂ ਅੱਜ ਖੱਟਰ ਸਾਹਿਬ ਕਹਿ ਰਿਹਾ ਸੀ ਕਿ ਵੀ ਉਹਦੇ 'ਚ ਚਲੇ ਜਾਂਦੇ ਹੋ, ਰੇਲਾਂ 'ਚ ਚਲੇ ਜਾਓ, ਇਸ ਤਰ੍ਹਾਂ ਕਰਕੇ ਉਹਨਾਂ ਨੇ ਉੱਥੇ ਕੀ ਪਤਾ ਵੀ ਕਦ ਤੱਕ ਇਹਨਾਂ ਦਾ ਰੋਕਣ ਦਾ ਰਵੱਈਆ, ਜਿਵੇਂ ਪਹਿਲਾਂ ਸਾਡੇ ਨਾਲ 1.5 ਸਾਲ ਅਸੀਂ ਇੱਥੇ ਰਹੇ ਹਾਂ, ਉਹਦਾ ਉਹਨਾਂ ਨੂੰ ਤਜਰਬਾ ਸੀ, ਇਸ ਕਰਕੇ ਉਹਨਾਂ ਨੇ ਟਰੈਕਟਰਾਂ ਦੇ ਵਿੱਚ ਆਪਣਾ ਸਮਾਨ ਭਰ ਕੇ ਉੱਪਰ ਤਰਪਾਲਾਂ ਪਾ ਕੇ ਗਏ ਆ। ਬਾਰਿਸ਼ ਵੀ ਪੈਂਦੀ ਹੈ, ਪਿੰਡਾਂ ਵੀ ਪੈਣਾ ਸੀ ਤੇ ਇਹ ਕਰਕੇ ਉੱਥੇ ਉਹਨਾਂ ਨੂੰ ਕਿਹਾ, ਉਹਨਾਂ ਨਾਲ ਜੋ ਤਸੱਦਦ ਕੀਤਾ ਹੈਗਾ, ਇੰਨਾ ਬੁਰਾ ਹਾਲ ਕੀਤਾ ਉਹਨਾਂ ਨਾਲ, ਗੋਲੀਆਂ ਮਾਰ ਕੇ, ਅਥਰੂ ਗੈਸ ਸੁੱਟ ਕੇ, ਮੂਹਰੇ ਦੀਵਾਰਾਂ ਕਰਤੀਆਂ, ਤਾਂ ਉਹਦੇ ਵਿੱਚ ਹੈ ਤਾਂ ਸਾਡੇ ਭਰਾ ਆਏਗੇ ਨਾ, ਅਸੀਂ ਕਦ ਤੱਕ ਉਹਨਾਂ ਨੂੰ ਤਸੱਦਦ ਦੇਖ ਲਉਂਗੇ? ਤੇ ਉਹ ਤੋਂ ਬਾਅਦ ਅਸੀਂ ਉਹਨਾਂ ਦੇ ਨਾਲ ਆਏ ਹਾਂ, ਉਹਨਾਂ ਦੇ ਨਾਲ ਆਇਆ ਸੀ, ਅੱਜ ਤਾਂ ਅਸੀਂ ਇੱਕ ਉਹ ਦਿੱਤਾ ਇਹਨਾਂ ਨੂੰ ਕਰਨਾ ਦਿਖਾਇਆ ਕਿ ਅਸੀਂ ਉਹਨਾਂ ਤੋਂ ਸਾਡੇ ਭਰਾ ਆਏ, ਉਹਨਾਂ ਦੇ ਨਾਲ ਆਇਆ ਸੀ। ਐਂਬੂਲੈਂਸ ਹੈਗੀ, ਕੋਈ ਨਿਆਣਿਆਂ ਦੇ ਪੇਪਰ ਹੈ ਜਿਹਨਾਂ ਬੱਚਿਆਂ ਦੇ, ਉਹਨਾਂ ਨੇ ਉਧਰ ਤੇ ਜਾਣਾ, ਅਸੀਂ ਉਹਨਾਂ ਨੂੰ ਪੁੱਛ ਕੇ ਲਗਾ ਵੀ ਰਹੇ ਹਾਂ ਕਿ ਵੀ ਕੋਈ ਇਸ ਤਰ੍ਹਾਂ ਦਾ ਨਾ ਤੰਗੀ ਕੱਟੀ ਜਾਵੇ। ਤੇ ਹੁਣ ਜਿਵੇਂ ਏਅਰਪੋਰਟ ਤੇ ਕਿਸੇ ਨੇ ਜਾਣਾ, ਉਹਨਾਂ ਦੀ ਤਾਂ ਟਿਕਟਾਂ ਬੁੱਕਿਆ ਬਹੁਤ ਦਿਨਾਂ ਦੀਆਂ। ਪ੍ਰਧਾਨ ਜੀ ਤੁਹਾਡੀ ਕੀ ਮੰਗਾ ਜੀ? ਹਾਂਜੀ, ਮੰਗਾ ਕੀ ਹੈ ਜੀ ਤੁਹਾਡੀ? ਸਾਡੀ ਮੰਗਾ ਤਾਂ ਵੀ ਜੀ, ਜਿਹੜੀ ਸਾਡੀ MSP ਹੈ ਨਾ, ਇਹ ਸਾਨੂੰ ਇਹਦਾ ਮਤਲਬ ਹੈਗਾ ਕਿ ਵੀ ਸਾਨੂੰ ਨਾ ਕੋਈ ਅਸੀਂ ਫਸਲ ਵੀ ਸਮਝ ਰਹੇ ਕਿ ਨਹੀਂ, ਹੋਰ ਜਿਹੜੇ ਲੋਕ ਹੈਗੇ ਜੋ ਇੰਡਸਟਰੀ ਜਾਂ ਹੋਰ ਹੈ, ਉਹ ਤਾਂ ਆਪਣੀ ਚੀਜ਼ ਦਾ ਮੁੱਲ ਆਪ ਕਰਦੇ ਨੇ, ਜਾਂ ਮੈਨੂੰ ਸਾਨੂੰ 12 ਨਹੀਂ ਖਾਂਦਾ ਜੀ, ਸਾਡਾ ਤਾਂ ਇੱਕ ਟਾਇਰ ਇਹਨੇ ਦਾ ਵਿਕਣਾ ਚਾਹੀਦਾ, ਸਾਡਾ ਤਾਂ ਇਹ ਕੱਪੜਾ 100 ਰੁਪਏ ਮੀਟਰ ਦਾ, ਤਾਂ ਸਾਰਾ ਕੁਛ ਹੈਗਾ। ਤੇ ਜੇ ਸਾਡੀ ਫਸਲ ਦਾ ਇਸ ਤਰ੍ਹਾਂ ਦਾ, ਉਹ ਵੀ ਗਵਰਨਮੈਂਟ ਨੇ ਕਰਨਾ, ਉਹਦੇ ਮੁਤਾਬਕ ਫਿਰ ਜਿਹੜੇ 'ਚ ਸਾਨੂੰ ਫਾਇਦਾ ਹੁੰਦਾ ਅਸੀਂ ਉਹ ਫਸਲਾਂ ਬੀਜਦੇ। ਅਸੀਂ ਤਾਂ ਇਹ ਗੱਲ ਕਹਿੰਦੇ ਵੀ ਸਮਾਂ ਸਾਡੇ ਪੰਜਾਬ ਦੇ ਜ਼ੋਨ ਬਣਾ ਦਿੱਤੇ ਜਾਣ, ਜਿੱਥੇ ਜਿੱਥੇ ਇਸ ਤਰ੍ਹਾਂ ਦੀ ਫਸਲ ਹੁੰਦੀ ਹੈ ਉਹ ਸਾਡੀ ਫਸਲ ਖਰੀਦੀ ਜਾਵੇ। ਅਸੀਂ ਤਾਂ ਲੋਕਾਂ ਦਾ ਕਾਰਨ ਵਾਸਤੇ ਆਪਣਾ ਵੀ ਪਾ ਦਿਓ ਤੇ ਨਾਲ ਆਪਣੇ ਬੱਚੇ ਪਾ ਦਿੰਦੇ। ਤੁਸੀਂ ਅੰਦਾਜ਼ਾ ਲਾ ਸਕਦੇ ਇਹ ਟਰੈਕਟਰ ਜਿਹੜਾ ਕਿ 75,000 ਦਾ ਹੁੰਦਾ ਸੀ, ਇਹ 14-14 ਲੱਖ ਦਾ, ਤੇ ਤੇਲ ਕਿੰਨਾ ਮਹਿੰਗਾ ਹੁਣ ਅੱਜ ਦੇ ਦਿਨਾਂ ਦੇ ਵਿੱਚ। ਤੇ ਅਸੀਂ ਦਿਨ ਰਾਤ ਸਾਡਾ, ਅਸੀਂ ਇਹ ਨਹੀਂ ਹੈਗੇ ਜੇ ਅਸੀਂ ਘਰ ਦੇ ਵਿੱਚ 2 ਮੈਂਬਰ ਹੈ, 2 ਖੇਤੀਬਾੜੀ ਕਰ ਰਹੇ, ਨੋ, ਉਹਦੇ ਵਿੱਚ ਸਾਡੇ ਬੱਚਿਆਂ ਦਾ ਵੀ ਹਿੱਸਾ, ਸਾਡੀ ਜਨਾਨੀਆਂ ਦਾ ਵੀ ਨਾਲ ਹਿੱਸਾ, ਅਸੀਂ ਵੀ ਉਹ ਕਰਦੇ, ਅਸੀਂ ਰਾਤ ਨੂੰ ਵੀ ਕੰਮ ਕਰਦੇ, ਸਾਡਾ ਕੋਈ ਟਾਈਮ ਟੇਬਲ ਨਹੀਂ ਹੈਗਾ, ਅਸੀਂ ਤਾਂ ਇੱਕ
ਕਿ ਯਾਰ ਬਹੁਤ ਜ਼ਿਆਦਾ ਮਤਲਬ ਕਿ ਸੰਘਰਸ਼ ਵਾਲੇ ਬੰਦੇ ਹੈਗੇ ਤੇ ਸਾਡੇ ਜੇ ਪਿੰਡਾਂ 'ਚ ਸਾਡੇ ਕੋਈ ਆਮ ਕਿਤੋਂ ਦੇਸ਼ 'ਚੋਂ ਜਾਂ ਇੱਥੇ ਤੋਂ ਹੋਰ ਕਿਤੇ ਸਟੇਟ ਤੋਂ ਆ ਜਾਵੇ, ਉਹਨਾਂ ਨਾਲ ਤੁਸੀਂ ਜਾ ਕੇ ਦੇਖਿਓ ਅਸੀਂ ਕਿੱਦਾਂ ਦਾ ਬਿਹੇਵ ਕਰਦੇ। ਆਓ ਵੀਰ ਜੀ ਬੈਠੋ, ਖਾਣਾ ਖਾਓ, ਤੁਸੀਂ ਚਾਹ ਪੀਓਗੇ ਜਾਂ ਦੁੱਧ ਪੀਓਗੇ, ਜੇ ਰਾਤ ਰਹਿਣਾ ਤੇ ਉਹਨਾਂ ਦੇ ਤੁਹਾਨੂੰ ਪਤਾ ਕਿ ਹਾਏ ਅੱਛੇ ਬੰਦੇ ਉਹਨੂੰ ਰਾਤ ਨੂੰ ਠਹਿਰਾਉਣ ਵਾਸਤੇ ਦਿੰਦੇ, ਆਉਣ ਦਾ ਕੋਈ ਸ਼ਹਿਰਾਂ ਦੇ ਵਿੱਚ ਕੋਈ ਬਣਦਾ ਹੁੰਦਾ? ਪ੍ਰਧਾਨ ਜੀ ਤੁਹਾਡੀ ਮੰਗਾਂ ਨਾ ਪੂਰੀ ਹੋਈ ਤੋ ਪ੍ਰਦਰਸ਼ਨ ਜਾਰੀ ਰਹੇਗਾ ਜੀ? ਬਿਲਕੁਲ ਬਿਲਕੁਲ ਜਾਰੀ। ਪ੍ਰਧਾਨ ਜੀ ਕਿਆ ਨਾਮ ਹੈ ਤੁਹਾਡਾ ਜੀ? ਮੇਰਾ ਨਾਮ ਰਜਿੰਦਰ ਸਿੰਘ ਢੋਲਾ, ਕਾਦੀਆਂ ਦਾ ਮੈਂ ਜ਼ਿਲ੍ਹਾ ਪ੍ਰਧਾਨ। ਥੈਂਕ ਯੂ। अब उपलब्ध है 1100 प्लस डिजिटल केबल नेटवर्क पर, एन एंड्रॉइड बेस्ड डीटीएच स्मार्ट सेटअप बॉक्स, सभी ओटीटी प्लेटफॉर्म, 24 घंटे लाइव देखिए हमारे सोशल मीडिया पेजेस पर। खबरें जो आपको सीधे जोड़ती हैं हमसे, जिनका आपकी जिंदगी पर होता है सीधा असर, खबरों की वही तस्वीर, बिना बदले बिना डरे सच का जज्बा लिए सच दिखाते हैं हम। अब उपलब्ध है 1100 प्लस डिजिटल केबल नेटवर्क पर, एन एंड्रॉइड बेस्ड डीटीएच स्मार्ट सेटअप बॉक्स, सभी ओटीटी प्लेटफॉर्म, 24 घंटे लाइव देखिए हमारे सोशल मीडिया पेजेस पर।